ਅਸਲਾਮੁਆਲੇਕਮ ਜੀ ਬੈਲੀਓ ਉਮੀਦ ਕਰਦੇ ਆ ਕਿ ਸਾਰੇ ਦੋਸਤ ਬਰਾ ਖੈਰ ਖਰੀਅਤ ਦੇ ਨਾਲ ਹੋ ਸੰਗੇ ਤੇ ਅੱਜ ਹੀ ਤੁਹਾਡੇ ਸਾਹਮਣੇ ਬਹੁਤ ਹੀ ਖੂਬਸੂਰਤ ਘੋੜਾ ਲੈ ਕੇ ਆਏ ਆ ਤੇ ਇਸ ਘੋੜੇ ਦੀ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਦੇ ਕੋਈ ਇੱਕ ਚੀਜ਼ ਵੀ ਮਿਸ ਨਹੀਂ ਹੋਣ ਲਗੀ ਤੁਸੀਂ ਵੀਡੀਓ ਪੂਰੀ ਵੇਖਣੀ ਹੈ ਤੇ ਇਸ ਘੋੜੇ ਦੀ ਡਿਟੇਲ ਸ਼ੇਅਰ ਕਰਨੇ ਤੋਂ ਪਹਿਲਾਂ जिन्ना دوستاں ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਜਿਸ ਤਰ੍ਹਾਂ ਹੀ ਅਸੀਂ ਵੀਡੀਓ ਚਾੜਦੇ ਜਾਣ ਤੁਹਾਡੇ ਤੱਕ ਨੋਟੀਫਿਕੇਸ਼ਨ ਟਰ ਜਾਵੇ ਤੇ ਆਓ ਜੀ ਇਸ ਘੋੜੇ ਦੀ ਹੁਣ ਡਿਟੇਲ ਦੇ ਬਾਰੇ ਵਿੱਚ ਗੱਲ ਕਰੀਏ ਇਸ ਘੋੜੇ ਕੋਲ ਜੀ ਰੰਗ ਜਿਹੜਾ ਉਹ ਕੁਮੈਦ ਮੋਛਵਾ ਪੰਜ ਕਲਿਆਣ ਇਸ ਘੋੜੇ ਕੋ ਰੰਗ ਹੈ ਤੇ ਹੱਥਾਂ ਪੈਰਾਂ ਦਾ ਬਿਲਕੁਲ ਇਹ ਸਾਊਂਡ ਘੋੜਾ ਹੈ ਜੀ ਕੋਈ ਉਹ ਜੀ ਗੱਲ ਨਹੀਂ ਹੈ ਤੇ ਪੱਕਾ ਨਜ਼ਾਬਾਦ ਘੋੜਾ ਹੈ ਜੀ ਮਾਲਕਾਂ ਦਾ ਕਹਿਣਾ ਹੈ ਜਿਸ ਦੋਸਤ ਨੂੰ ਇਹ ਘੋੜਾ ਪਸੰਦ ਆਵੇ ਉਹ ਇੱਥੇ ਆਉਣ ਕੋਲ ਤੇ ਆਣ ਕੇ ਘੋੜੇ ਨੂੰ 10 ਪਟੀਆਂ বাজਾਨ 12 ਪਟੀਆਂ বাজਾਨ ਤੇ ਫਿਰ ਘੋੜਾ ਇਸੇ ਪਾਸ ਹੋਵੇ ਉਸ ਵੇਲੇ ਆਣ ਕੇ ਤੇ ਫਿਰ ਸਾਡੇ ਨਾਲ ਬਹਿ ਕੇ ਗੱਲ ਕਰ ਲੈ ਹੁਣ ਇਸ ਘੋੜੇ ਦੀ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਅਗਰ ਇਸ ਘੋੜੇ ਦੀ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਤੇ ਇਸ ਟਾਈਮ ਇਹ ਲੋਕੇਸ਼ਨ ਜੀ ਗੁਜਰਾਤ ਵਿੱਚ ਘੋੜਾ ਖੜਿਆ ਹੈ ਕਾਸ਼ਫ ਗੁੱਜਰ ਸਾਹਿਬ ਦੇ ਕੋਲ ਤੇ ਅਗਰ ਇਸ ਦੀ ਗੱਲ ਕੀਤੀ ਜਾਵੇ ਕਿਸ ਘੋੜੇ ਕੋਲ ਕੱਦ ਕਿਤਨਾ ਹੈ ਤੇ ਇਸ ਘੋੜੇ ਕੋਲ ਜਿਹੜੀ ਹਾਈਟ ਹੈ ਉਹ ਇਸ ਟਾਈਮ ਜੀ 61 ਇੰਚ ਹੈ ਤੇ ਜੇ ਇਸ ਘੋੜੇ ਦੀ ਉਮਰ ਦੀ ਗੱਲ ਕੀਤੀ ਜਾਵੇ ਤੇ ਇਸ ਘੋੜੇ ਕੋਲ ਉਮਰ ਜੀ ਸ਼ੁਰੂ 5 ਸਾਲ ਹੈ ਤੇ ਜੇ ਅਗਰ ਇਸ ਘੋੜੇ ਦੀ ਜੀ ਡਿਮਾਂਡ ਦੀ ਗੱਲ ਕੀਤੀ ਜਾਵੇ ਤੇ ਮਾਲਕ ਇਸ ਦੀ ਜਿਹੜੀ ਡਿਮਾਂਡ ਕਰ ਰਹੇ ਨੇ ਉਹ 3.5 ਲੱਖ ਰੁਪਈਆ ਕਰ ਰਹੇ ਨੇ ਇਹ ਡਿਮਾਂਡ ਹੈ ਤੇ ਇਹਦੇ ਵਿੱਚ ਪਿਆਰ ਮੁਹੱਬਤ ਜ਼ਰੂਰ ਹੋਸੀ ਗਿਆ ਤੇ ਜੇ ਅਗਰ ਕੋਈ ਦੱਸ ਗਿਆ ਕਿ ਖਾਵਰ ਭਾਈ ਦੇ ਚੈਨਲ ਉਤੋਂ ਇਹ ਵੀਡੀਓ ਅਸੀਂ ਵੇਖੀ ਆ ਤੇ ਤੁਹਾਡੇ ਨਾਲ رابطہ ਕੀਤਾ ਤੇ ਹੋਰ ਵੀ ਪਿਆਰ ਮੁਹੱਬਤ ਕਰਨ ਦੇ ਤੇ ਜੀ ਬਹੁਤ ਪਿਆਰ ਮੁਹੱਬਤ ਕਰਨ ਦੇ ਤੁਹਾਡੇ ਨਾਲ ਤੇ ਸਕਰੀਨ ਦੇ ਉੱਤੇ ਜੀ ਨੰਬਰ ਚੱਲ ਰਿਹਾ ਤੇ ਇਸ WhatsApp ਨੰਬਰ ਉੱਤੇ ਤੁਸੀਂ ਕਾਸ਼ਫ ਗੁੱਜਰ ਸਾਹਿਬ ਨਾਲ ਰابطਾ ਕਰ ਲੈਣਾ ਤੇ ਮੈਨੂੰ ਇਜਾਜ਼ਤ ਦਿਓ ਅਗਲੀ ਵੀਡੀਓ ਤੱਕ